ਕਲਯੁੱਗ ਦੇ ਇਸ ਦੌਰ ਵਿੱਚ ਜਿੱਥੇ ਹਰੇਕ ਇਨਸਾਨ ਸਿਰਫ ਆਪਣੇ ਤੱਕ ਹੀ ਸੀਮਿਤ ਹੈ, ਇਸ ਦੌਰ ਵਿੱਚ ਜਿੱਥੇ ਲੋਕ ਆਪਣੇ ਮਾਪਿਆਂ ਦੀ ਸੇਵਾ ਤੋਂ ਵੀ ਕੰਨੀ ਕਤਰਾਉਂਦੇ ਹਨ, ਉੱਥੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਣ ਵਾਲੇ ਕੁਝ ਲੋਕ ਅੱਜ ਵੀ ਉਹਨਾਂ ਦੇ ਸਿਧਾਂਤਾਂ ਦੇ ਪੈਰਾਂ ਦੇ ਰਹੇ ਹਨ। ਗੱਲ ਕਰ ਰਹੇ ਹਾਂ ਬਟਾਲਾ ਦੇ ਸਿਵਲ ਹਸਪਤਾਲ ਦੀ, ਜਿੱਥੇ ਇੱਕ NRI ਸੰਸਥਾ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਲੰਗਰ ਛਕਾਇਆ ਜਾ ਰਿਹਾ ਹੈ। NRI ਸੰਸਥਾ ਵੱਲੋਂ ਚਲਾਈ ਗਈ ਇਹ ਲੰਗਰ ਪ੍ਰਥਾ ਮਰੀਜ਼ਾਂ ਦੇ ਵਾਰਸਾਂ ਲਈ ਇੱਕ ਵਰਦਾਨ ਸਾਬਿਤ ਹੋਈ ਹੈ। ਇਸ ਹਸਪਤਾਲ ਵਿਖੇ ਦਿਨ ਵਿੱਚ 2 ਵਾਰ 600 ਦੇ ਕਰੀਬ ਮਰੀਜ਼ ਅਤੇ ਹੋਰ ਵੀ ਬਾਕੀ ਦੇ ਲੋਕ ਇੱਥੋਂ ਲੰਗਰ ਛਕਦੇ ਹਨ। ਮਾਝਾ, ਮਾਲਵਾ ਤੇ ਦੁਆਬੇ ਦੇ 15 ਸਰਕਾਰੀ ਹਸਪਤਾਲਾਂ ਵਿੱਚ ਇਹ ਮੁਫ਼ਤ ਲੰਗਰ ਸੇਵਾ ਚੱਲ ਰਹੀ ਹੈ। NRI ਸੰਸਥਾ ਨੇ 50,000 ਦੇ ਕਰੀਬ ਲੋਕਾਂ ਨੂੰ ਲੰਗਰ ਛਕਾਉਣ ਦਾ ਇਹ ਜ਼ਿੰਮਾ ਚੁੱਕਿਆ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਅਲੱਗ ਅਲੱਗ 15 ਸਰਕਾਰੀ ਹਸਪਤਾਲਾਂ ਵਿੱਚ 2 ਸਮੇਂ ਦੀ ਲੰਗਰ ਸੇਵਾ ਸ਼ੁਰੂ ਕੀਤੀ ਗਈ, ਜਿੱਥੇ ਇਹ ਲੰਗਰ ਸੇਵਾ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਵਰਦਾਨ ਸਾਬਿਤ ਹੋਈ ਹੈ। ਉੱਥੇ NRI ਸੰਸਥਾ ਵੱਲੋਂ ਇਹ ਲੰਗਰ ਪ੍ਰਥਾ 50,000 ਲੋਕਾਂ ਤੱਕ ਪਹੁੰਚਾਉਣ ਦਾ ਨਿਸ਼ਾਨਾ ਬਣਾ ਰਹੇ ਹਨ। ਇਸ ਸੰਸਥਾ ਵਿੱਚ ਸੇਵਾ ਨਿਭਾ ਰਹੇ ਜਸਵੰਤ ਸਿੰਘ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਪ੍ਰਥਾ ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਪੁਰਹੀੜਾ ਵਿੱਚ ਪ੍ਰਵਾਸੀ ਪੰਜਾਬੀ ਮਨਜੀਤ ਸਿੰਘ ਦੁਆਰਾ ਸ਼ੁਰੂ ਕੀਤੀ ਗਈ ਅਤੇ ਅੱਜ ਇਹ ਲੰਗਰ ਪ੍ਰਥਾ ਮਾਝਾ, ਮਾਲਵਾ ਅਤੇ ਦੁਆਬੇ ਦੇ ਸਰਕਾਰੀ ਹਸਪਤਾਲਾਂ ਵਿੱਚ 2 ਸਮੇਂ ਦੀ ਲੰਗਰ ਦੀ ਸੇਵਾ ਨਿਭਾ ਰਹੀ ਹੈ। ਭਾਈ ਮਨਜੀਤ ਸਿੰਘ ਨੇ ਲੰਗਰ ਪ੍ਰਥਾ ਚਲਾਈ ਹੈ ਜੀ, ਜੋ ਇਹ ਲੰਗਰ ਹਾਲ ਹੁਸ਼ਿਆਰਪੁਰ ਪੁਰਹੀੜਾ ਵਿੱਚ ਬਣਾਇਆ ਗਿਆ ਹੈ ਜੀ, ਅਤੇ ਇਹ 10 ਕਰੋੜ ਜਾਂ 12 ਕਰੋੜ ਦੀ ਵਿੱਚ ਲਾਗਤ ਵਿੱਚ ਲਾ ਕੇ ਅਤੇ ਲੰਗਰ ਹਾਲ ਤਿਆਰ ਕੀਤਾ ਗਿਆ, ਜਿਹਦੇ ਵਿੱਚ 9 ਗੱਡੀਆਂ ਅਤੇ ਮਸ਼ੀਨਰੀ ਐਰ ਵਗੈਰਾ ਸਾਰਾ ਕੁਛ ਲਿਆ ਗਿਆ ਜੀ। ਅਤੇ ਇਹ ਸਿਵਲ ਹੋਸਪਿਟਲ 15 ਤਕਰੀਬਨ ਹੋਸਪਿਟਲ ਹੈ ਜਿੱਥੇ ਲੰਗਰ ਪਹੁੰਚਾਇਆ ਜਾਂਦਾ ਜੀ, 2 ਟਾਈਮ ਦੀਆਂ ਗੱਡੀਆਂ ਜਾ ਕੇ ਲੰਗਰ ਪਹੁੰਚਾਉਂਦੀ। ਹਸਪਤਾਲਾਂ ਵਿੱਚ ਪਹਿਲੇ ਮਰੀਜ਼ਾਂ ਨੂੰ ਲੰਗਰ ਛਕਾਇਆ ਜਾਂਦਾ ਹੈ ਅਤੇ ਫਿਰ ਬਾਕੀ ਦੇ ਹੋਰ ਲੋਕ ਲੰਗਰ ਛਕਦੇ ਹਨ। ਇਸ ਲੰਗਰ ਪ੍ਰਥਾ ਨੂੰ ਚਲਾਉਣ ਲਈ 1 ਸਾਲ ਦਾ 12 ਕਰੋੜ ਦਾ ਖਰਚਾ ਆਉਂਦਾ ਹੈ, ਜੋ ਪ੍ਰਵਾਸੀ ਪੰਜਾਬੀ ਭਾਈਆਂ ਦੁਆਰਾ ਕੀਤਾ ਜਾਂਦਾ ਹੈ। ਲੰਗਰ ਵਿੱਚ ਬਣਨ ਵਾਲੇ ਖਾਣੇ ਦਾ ਮੈਨਿਊ ਬਣਿਆ ਹੁੰਦਾ ਹੈ ਅਤੇ ਹਰ ਦਿਨ ਸਬਜ਼ੀ ਅਤੇ ਦਾਲਾਂ ਅਲੱਗ ਅਲੱਗ ਬਣਾਈਆਂ ਜਾਂਦੀਆਂ ਹਨ। ਸੰਸਥਾ ਦੀਆਂ ਆਪਣੀਆਂ ਗੱਡੀਆਂ ਤੇ ਹੀ ਲੰਗਰ ਲੈ ਕੇ ਸਵੇਰੇ ਪਹਿਲੇ 4 ਨਾਸ਼ਤਾ ਦਾ ਲੰਗਰ ਅਤੇ ਦੁਪਹਿਰ 12 ਵਜੇ ਤੋਂ ਸ਼ਾਮੀ 3 ਵਜੇ ਤੱਕ ਦਾਲ ਸਬਜ਼ੀ ਰੋਟੀ ਚਾਵਲ ਦੀ ਲੰਗਰ ਸੇਵਾ ਕੀਤੀ ਜਾਂਦੀ ਹੈ ਅਤੇ ਰੋਜ਼ਾਨਾ ਸਾਰੀਆਂ ਜਗ੍ਹਾਵਾਂ ਤੇ ਇਸ ਲੰਗਰ ਨੂੰ ਹਜ਼ਾਰਾਂ ਲੋਕ ਛਕਦੇ ਹਨ। ਤੋਂ ਮੈਂ ਸਿਵਲ ਹੋਸਪਿਟਲ ਆ ਰਿਹਾ ਹਾਂ ਤੇ ਲੰਗਰ ਪ੍ਰਸ਼ਾਦਾ ਜੋ ਕਿ ਮੈਂ ਇੱਥੋਂ ਹੀ ਛਕਦਾ ਹਾਂ, ਮਰੀਜ਼ਾਂ ਵਾਸਤੇ ਵੀ ਜੋ ਮੇਰੇ ਮਰੀਜ਼ ਹਨ ਅੰਦਰ ਉਹਨਾਂ ਨੂੰ ਵੀ ਇੱਥੋਂ ਹੀ ਛਕਾ ਰਿਹਾ ਹਾਂ। ਇੱਥੇ ਨਾ ਤਾਂ ਕੋਈ ਪੈਸਾ ਨਾ ਧੇਲਾ, ਜੀ ਚਾਹੇ ਖੁਸ਼ੀ ਦੇ ਨਾਲ ਗੋਲਕ ਲੱਗੀ ਹੈ ਜੀ, ਉਹਦੇ 'ਚ ਕੋਈ 10-5 ਜਿੰਨੇ ਮਰਜ਼ੀ ਪਾ ਦੇ। ਭੁੱਖਿਆਂ ਅਤੇ ਜ਼ਰੂਰਤਮੰਦਾਂ ਨੂੰ ਲੰਗਰ ਛਕਾਉਣਾ ਇੱਕ ਉੱਤਮ ਸੇਵਾ ਮੰਨਿਆ ਜਾਂਦਾ ਹੈ ਅਤੇ ਪ੍ਰਵਾਸੀ ਪੰਜਾਬੀ ਭਾਈਆਂ ਦੀ ਵੱਲੋਂ ਹਸਪਤਾਲਾਂ ਵਿੱਚ ਚਲਾਈ ਜਾ ਰਹੀ ਇਸ ਲੰਗਰ ਸੇਵਾ ਵਿੱਚ ਸਰਕਾਰ ਦਾ ਕੋਈ ਸਹਿਯੋਗ ਨਹੀਂ ਹੈ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਦਾ ਇਸ ਵਿੱਚ ਕੋਈ ਸਹਿਯੋਗ। ਫਿਰ ਵੀ ਇਹ ਸੰਸਥਾ ਆਪਣੇ ਦਮ ਤੇ ਲੰਗਰ ਸੇਵਾ ਨੂੰ 50,000 ਲੋਕਾਂ ਤੱਕ ਪਹੁੰਚਾਉਣ ਦਾ ਨਿਸ਼ਾਨਾ ਬਣਾ ਕੇ ਅੱਗੇ ਨੂੰ ਵੱਧ ਰਹੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਇਸ ਸੇਵਾ ਦੇ ਜ਼ਰੀਏ ਮਦਦ ਕੀਤੀ ਜਾ ਸਕੇ। ਬਟਾਲਾ ਤੋਂ ਜਸਵਿੰਦਰ ਬੇਦੀ, ਨਿਊਜ਼ ਡੈਸਕ ਤੋਂ ਰੇਖਾ ਸ਼ੇਰਗਿੱਲ, ਜੀਵੇ ਪੰਜਾਬ ਟੀਮ।